ਦੋਸਤੋ ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਬਟਨ ਨੂੰ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਸ਼ਾਹ ਜਨਾਬ ਇੱਕ ਅੱਲਾ ਦੇ ਫਜ਼ਲੋ ਕਰਮ ਨਾਲ ਦੂਸਰਾ ਸੂਆ ਸੂਈ ਮਾਝ ਦੀ ਵੀਡੀਓ ਲੈ ਕੇ ਆਇਆ। ਮੱਝ ਮਾਸ਼ਾਅੱਲਾ ਖੂਬਸੂਰਤ ਲਾਜਵਾਬ, ਬਾਕੀ ਜਨਾਬ ਖੁੱਡਾ ਪੁੱਠਾ ਢਾਕ ਇੱਕ ਅੱਡੀ ਮਾਸ਼ਾਅੱਲਾ। ਮੱਝ ਦਾ ਕੱਦ ਚੰਗਾ, ਲਾਮ ਚੰਗੀ, ਖੁੱਲੇ ਹਵਾਨੇ ਦੀ ਲੱਤਾਂ ਤੋਂ ਜਨਾਬ ਫੁੱਟ ਫੁੱਟ ਬਾਹਰ ਲਾਈ ਖੜੀ ਹੈ, 1.5 ਫੁੱਟ ਹਵਾਨਾ ਚੌੜਾ, ਸੋਹਣਾ ਥਣ ਪੂਰਾ ਜਨਾਬ ਮੁੱਠ ਮੁੱਠ ਦਾ ਪੂਰੀ ਲੋਕੇਸ਼ਨ ਤੇ ਲੈਣੇ ਦੇਣੇ ਹਮੇਸ਼ਾ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਨੂੰ ਮਿਹਨਤ ਕਰਕੇ ਸਫ਼ਰ ਕਰਕੇ ਨੀਲੀ ਦੇ ਜਾਨਵਰ ਵਿਖਾਏ ਜਾਂਦੇ ਨੇ। ਬਾਕੀ ਜਨਾਬ ਸ਼ਾਹ ਕਾਲੀ ਅੱਖ ਬਰੀਕ ਬੁੱਥੀ ਕੰਨੀ ਲੰਮੀ ਛੋਟੀ ਜਿਹੀ ਵੱਖੀ। ਮੇਰਾ ਕੈਮਰਾਮੈਨ ਆਪਣੇ ਕੈਮਰੇ ਦੀ ਨਜ਼ਰ ਨਾਲ ਤਸੱਲੀ ਕਰਵਾ ਰਿਹਾ, ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਲੈਣੇ ਦੇਣੇ ਹਮੇਸ਼ਾ ਤਰ੍ਹਾਂ ਮੁਕੱਦਰ ਹਵਾਨਾ। ਕੈਮਰਾਮੈਨ ਸਾਹਿਬ ਤਸੱਲੀਆਂ ਕਰਵਾ ਦਿਓ। ਅਗਲੀ ਖੀਰੀ ਮਾਸ਼ਾਅੱਲਾ 1.5 ਫੁੱਟ ਹਵਾਨਾ ਚੌੜਾ, ਥੱਪੇ ਦਾ ਹਵਾਨਾ, ਮੁੱਠ ਮੁੱਠ ਤੇ ਥਣ ਪੂਰੀ ਵਿਰਲ ਮਾਸ਼ਾਅੱਲਾ, ਚੁੰਨੀ ਕੌੜੀ ਦਾ ਨਿਸ਼ਾਨ ਕੋਣੀ, ਚਾਰੇ ਖੋਰ ਇੱਕੋ ਜਿਹੇ ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ। ਬਾਕੀ ਜਨਾਬ ਇਹ ਸੂਈ ਖੜੀ ਹੈ, ਕਿੰਨੇ ਦਿਨ ਹੋ ਗਏ। ਚਾਚਾ ਮੈਂ ਕਿਹਾ ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਚਾਚਾ ਮੈਂ ਕਿੰਨਵਾਂ ਸੁਆ ਸੂਈ ਹੈ? ਦੂਸਰਾ ਸੁਆ ਸੂਈ। ਦੋ ਦਿਨ ਹੋ ਗਏ ਨੇ ਸੂਈ ਨੂੰ। ਚਾਚਾ ਸੂਈ ਖੜੀ ਹੈ, ਥਣਾ ਕੋਈ ਘਾਟਾ ਵਾਧਾ, ਛੱਟਾ ਪੁਹਾਰ ਗੰਢ ਮਰੋੜੀ, ਅੱਲਾ ਦੀ ਮਿਹਰਬਾਨੀ ਨਾ। ਹਾਂਜੀ ਮੈਂ ਅੱਲਾ ਉਹਦੀ ਆਵਾਜ਼ ਆਣੀ ਚਾਹੀਦੀ, ਬੰਦਾ ਚੋਵੇ ਨਲਕੇ ਚ ਰੋਹ ਨਾ ਨਿਕਲਦੀ ਹੋਵੇ, ਟਰਪੈਨ ਚੱਲ ਪੈਂਦੀ। ਅੱਲਾ ਦੀ ਮਿਹਰਬਾਨੀ, ਟਰਪੈਨ ਚੱਲਦੀ ਪਈ। ਇਹ ਤਾਂ ਗੱਲ ਹੋ ਗਈ ਹੁਣ ਚਾਚਾ, ਵੀ ਆਪਣੇ ਥਣਾ ਦੀ ਗਰੰਟੀ ਹਾਜ਼ਰ ਵਕਤ ਜਿਹੜਾ ਬੋਲਾ ਕਰਦੀ ਪਈ ਨਾ ਚਾਚਾ, ਉਹ ਗੱਲ ਦੱਸਣੀ ਵੀ ਕਿੰਨਾ ਆਪਾਂ ਗਰੰਟੀ ਵਾਲਾ ਬੋਲਾ ਚਵਾਣਾ ਨੀ। ਹਾਜੀ ਸਾਹਿਬ ਇਸ ਟਾਈਮ 14 ਲੀਟਰ 14 ਲੀਟਰ। ਹਾਂਜੀ ਬਾਕੀ ਚਾਚਾ ਦੁੱਧ ਕਿੰਨਾ ਕਰੇਗੀ? ਮੈਂ 20 ਤੋਂ 22 ਲੀਟਰ ਜਦੋਂ ਮਰਜ਼ੀ ਮੈਂ ਚੋਵੇ, ਮਾਲਕਾਂ ਦੀ ਗਰੰਟੀ 25 ਲੀਟਰ ਦੀ, ਅਸੀਂ 22 ਲੀਟਰ ਲਾਉਂਦੇ। ਆਪਾਂ 20 ਲੀਟਰ ਦੀ ਗਰੰਟੀ ਕਰਦੇ ਹਾਂ ਇਨਸ਼ਾ ਅੱਲਾ। ਮੈਂ ਉਹ ਵੀ ਖਵਾਏ ਪਿਆ ਨਾ ਚਾਚਾ। ਹਾਜੀ ਸਾਹਿਬ ਮੈਂ ਦੁੱਧ ਦੇਣ ਜਾਣ ਦੀ ਤੇ ਮੈਂ ਦੁੱਧ ਵਾਲੀ ਬੰਨ ਜੋ ਜਾ ਕੇ ਧੁੱਪ ਚ ਤੇ ਪਾਓ ਸ਼ੇਖ ਖੁਦਾ ਦੀ ਨਾ, ਤੇ ਫਿਰ ਦੁੱਧ ਮੈਂ ਇਸਨੇ ਨਹੀਂ ਦਿੱਤਾ ਤੇ ਫਿਰ ਕਿਸੇ ਮੈਂ ਨੇ ਦੁੱਧ ਨਹੀਂ ਦੇਣਾ। ਠੀਕ ਹੋ ਗਿਆ। ਹੁਣ ਚਾਚਾ ਸੂਈ ਖੜੀ ਹੈ, ਛੱਟਾ ਫੁਹਾਰਾ ਗੰਢ ਮਰੋੜੀ ਦੀ ਆਪਣੀ ਗਰੰਟੀ? ਮੇਰੀ ਗਰੰਟੀ ਯਾਰ ਕੋ ਮਾਈ ਕਿਸੇ ਬੰਦੇ ਨੂੰ ਦੇ ਦੀ, ਮਾਈ ਦੇ ਵਿੱਚ 19-21 ਹੋ ਜਾ ਤਾਂ ਮੈਂ ਮਾਈ ਫ੍ਰੀ ਦੇ ਦਾਂ। ਠੀਕ ਹੋ ਗਿਆ ਯਾ ਚਾਚਾ ਨੇ ਦੇਣਾ ਛੱਟਾ ਫੁਹਾਰਾ ਗੰਢ ਮਰੋੜੀ ਦੇ, ਮੈਂ ਦਾ ਚਵਾਲਾ ਇੰਜ ਹੋਵੇਗਾ ਜਿਵੇਂ ਬੰਦਾ ਸਕੂਨ ਆਦਾ ਰਹੇ। ਅੱਛਾ ਤੇ ਤੀਸਰੀ ਗੱਲ ਇਹ ਦੱਸਣੀ, ਮਾਈ ਦਾ ਕੱਦ ਕਿੰਨਾ ਕੁ ਹੈ? ਆਈ ਸਾਹਿਬ ਬੜਾ ਕੱਦ, ਮੈਂ ਕੋ 5.5 ਫੁੱਟ ਕੱਦ। ਵੱਡੇ ਜੋੜਾਂ ਦੀ ਮਾਈ? ਵੱਡੇ ਜੋੜਾਂ ਦੀ, ਨਿੱਕੀ ਜੀ ਨਹੀਂ ਮੈਂ, ਨਾ ਨਾ ਨਿੱਕੇ ਕੰਮ ਹੀ ਨੇ ਮੈਂ ਕੋਲੇ। ਅੱਛਾ ਮੈਂ ਦੀ ਨਸਲ ਦਾਤ ਵੇਖੇ ਤੇ ਮੈਂ ਦੇ ਕੰਮ ਵੇਖੇ। ਠੀਕ ਹੋ ਗਿਆ ਚਾਚਾ ਨੇ ਤੇ ਪੈਸੇ ਪਿਆਰ ਮੁਹੱਬਤ ਵਾਲੇ ਜਿਹੜੇ ਆਪਾਂ ਲੈਣੇ ਪੰਡ ਲੈਵੇ ਦੀ ਅੱਲਾ ਦੀ ਮਿਹਰਬਾਨੀ, ਨਿੱਕਾ ਜਿਹਾ ਲੈਵਾ ਨੀ ਮੈਂ ਕੋਈ, ਦੂਜਾ ਦਿਨ ਹੋ ਗਿਆ ਤੇ ਮੈਂ ਇੱਥੇ ਲੈਵੇ ਕੋਈ ਕੱਢਦੀਆਂ ਨੇ। ਚਾਚਾ ਦੇ ਪੈਸੇ ਪਿਆਰ ਮੁਹੱਬਤ ਵਾਲੇ ਜਿੱਥੇ ਆਪਾਂ ਮੱਝ ਵੇਚਣੀ ਹੈ, ਆਈ ਸਾਹਿਬ ਮੁੱਲ ਜਿੰਨਾ ਮਰਜ਼ੀ ਕਰਾ ਲਓ। ਮੁੱਲ ਅਸੀਂ ਕਿਹਦੇ ਵਾਸਤੇ ਕਰਵਾਉਣਾ? ਅਸੀਂ ਵੇਚਣੀ ਹੈ ਮੱਝ ਤੇਰੀ। ਬੜਾ ਹੀ ਰੇਟ ਪਾ ਮੱਝ ਦਾ ਮੁੱਲ ਮੈਂ ਜਿਹੜਾ ਨਾ 7 ਲੱਖ ਰੁਪਇਆ ਕਰਦਾ ਪਿਆ। ਅੱਛਾ ਇੱਥੇ ਆਣ ਪਾ ਤੋ 8 ਲੱਖ ਕੀਤੀ ਜਾ, ਲੇਕਿਨ ਸਾਡੇ ਕੋਲ ਜਿਹੜਾ ਤੇਰਾ ਰੇਟ ਜਿੱਥੇ ਆਪਾਂ ਵੇਚਣੀ ਮੱਝ, ਇੱਕੋ ਹੀ ਗੱਲ ਕਰਦੇ ਆ, ਮੈਂ ਛੋਟੀ ਜਿਹੀ ਗੱਲ ਸੁਣਾ। ਆਈ ਸਾਹਿਬ ਮਾਈ ਦਵਾਂਗੇ ਆਪਾਂ ਦੋਸਤਾਂ ਨੂੰ ਨਾ। ਹਾਂਜੀ 6.5 ਲੱਖ। 6.5 ਲੱਖ ਚ ਕਦਰ ਕਿੰਨਾ ਕਰਦਾ ਹੈ? ਮੁਹੱਬਤ ਵਾਲੇ ਪੈਸੇ ਮੰਗ ਜਿੱਥੇ ਮੱਝ ਵੇਚਣੀ ਹੈ, ਇੱਕੋ ਹੀ ਗੱਲ ਕਰਦੇ ਆ, ਮੈਂ ਛੋਟੀ 6 ਲੱਖ 40 ਹਜ਼ਾਰ ਦੀ ਆਈ ਸਾਹਿਬ 10 ਹਜ਼ਾਰ ਦੀ ਕਦਰ ਹੈ ਇਹਦੇ ਵਿੱਚ, ਕੋਈ ਸਾਡਾ ਸਤਿ ਸ੍ਰੀ ਅਕਾਲ। ਹਾਂਜੀ ਸਾਹਿਬ ਮੈਂ ਬਹੁਤ ਚੰਗੀ ਹੈ। ਅੱਛਾ ਅੱਲਾ ਦੀ ਮਿਹਰਬਾਨੀ ਨਾਲ ਮੈਨੂੰ ਅੱਜ ਦੂਜਾ ਦੇਣਾ ਨਾਲਾ ਨਾੜੂਆ ਚੈੱਕ ਕਰਾ ਲੈ। ਅੱਛਾ
ਮਾਂ ਜੀ ਦੋ ਦਿਨ ਹੋ ਗਏ ਨੇ ਸੂਈ ਨੂੰ, ਚਾਚਾ 6,40,000 ਮੁਫ਼ਤ ਕਿੰਨਾ ਹੋਵੇਗਾ? ਭਾਈ ਸਾਹਿਬ ਪੂਰਾ ਲਾਡ ਪਿਆਰ ਕੀਤਾ ਹੈ, ਅੱਗੋਂ ਇਹ ਨਸੀਬ ਹਰ ਬੰਦੇ ਦੇ, ਪਰ ਮੇਰੀ ਮੈਂ ਡਾਡੀ ਏ, ਮੈਂ ਡਰ ਗਈ, ਮੈਂ ਨਹੀਂ ਸਿੱਧੀ ਹੁੰਦੀ ਪਈ, ਮੈਂ ਜਦੋਂ ਵੇਖੇਗਾ ਬੰਦਾ ਪਾਗਲ ਹੋ ਜਾਂਦਾ, ਮੈਂ ਏਡੇ ਲੇਵੇ ਨਹੀਂ ਲੱਭ। ਚਾਚਾ ਫੇਰ ਵੀ ਕੋਈ ਬੰਦਾ ਆ ਜਾਏ, ਜਿੱਦੀ ਮੈਂ ਪਿੱਛੋਂ ਚੋੜੀ ਵੱਡਾ ਵੱਡਾ ਲੇਵਾ। ਚਾਚਾ ਲੇਵਾ ਵੀ ਵੱਡਾ, ਮਾਂ ਜੀ ਵੀ ਨਸਲੀ ਤੇਰੀ ਆਈ ਸਮਝ, ਹੈ ਵੀ ਵੱਡੇ ਜਨਾਬ। ਹਾਂਜੀ, ਇਹਦੇ ਵਿੱਚ 6,40,000 ਵੀਰ ਭਰਾ ਆਪਣੇ ਕੋਲ ਆਉਂਦਾ, ਤੇ ਆਪਾਂ ਕਦਰ ਲਿਆਜ਼ ਰੱਖੀ ਕਿ ਨਹੀਂ? ਮੈਂ ਕਿਹਾ ਜੀ ਸਾਹਿਬ ਕਦਰ ਲਿਆਜ਼, ਉਹਨਾਂ ਨਾਲ ਮੁਹੱਬਤਾਂ ਪੂਰੀਆਂ ਕਰਾਂਗੇ, ਫੁੱਲ ਮੁਹੱਬਤ, ਫੁੱਲ ਫੁੱਲ ਪਿਆਰ ਮੁਹੱਬਤ ਹੋਵੇਗਾ। ਠੀਕ ਹੈ, ਮਗਰ ਕੱਟਾ ਕਰ ਰਿਹਾ ਮੈਂ ਸਾਹਿਬ ਖਾਇਆ ਜੀ, ਮਗਰ ਨਾੜੂਆ ਜਨਾਬ ਦੋ ਦਿਨ ਹੋ ਗਏ ਨੇ ਸੂਈ ਨੂੰ, ਮਗਰ ਕੱਟਾ 6,40,000 ਅੱਲਾ ਦੇ ਫਜ਼ਲ ਨਾਲ ਭਰਾਵਾਂ ਨੇ ਇਨਸ਼ਾਲਾ ਜ਼ਰੂਰ ਸਮਝਣੀ ਮੱਝ, ਅਗਰ ਨਾ ਸਮਝਣਗੇ ਤੇ ਜੋ ਮਰਜ਼ੀ ਜਨਾਬ ਉਹਨਾਂ ਦੀ ਮਰਜ਼ੀ ਹੈ, ਬਾਕੀ ਸਾਡੀ ਤਾਂ ਕੋਸ਼ਿਸ਼ ਹੈ ਕਿ ਆਪਣੇ ਵੀਰਾਂ ਵਾਸਤੇ ਸਮਝਣ ਵਾਲਾ ਬੰਦਾ ਅੱਲਾ ਦੀ ਮਿਹਰ ਨਾਲ 3 ਮਿੰਟ ਨਾ ਮਾਰੇਗਾ। ਹਾਂ ਜਨਾਬ, ਬੜਾ ਸੋਹਣਾ ਖੂਬਸੂਰਤ ਪੂਰਾ ਮੁੱਠ ਮੁੱਠ ਤੇ, ਬਾਕੀ ਜਨਾਬ ਵਿਲ ਪੂਰੀ ਸੁੰਨੀ ਕੌੜੀ ਦਾ ਨਿਸ਼ਾਨ ਕੋਣੀ, ਇੱਕ ਗੱਡੀ ਨਿੱਕੀ ਜੀ ਵੱਖੀ, ਬਾਕੀ ਜਨਾਬ ਖੁਰ ਚਾਰੇ ਜਿਵੇਂ ਘੋੜਿਆਂ ਦੇ ਸੁੰਭ, ਤੇ ਚਾਚੇ ਨੂੰ ਖੋਲ ਕੇ ਵਿਖਾ, ਟੁਰ ਲਿਆ ਦੀ ਮਰਜ਼ੀ ਨਾ, ਟੁਰਦੀ ਫਿਰਦੀ ਅੱਲਾ ਦੇ ਫਜ਼ਲ ਨਾਲ ਇਨਸ਼ਾਲਾ ਕੈਮਰੇ ਦੀ ਨਜ਼ਰ ਹੈ ਮਾਸ਼ਾਅੱਲਾ, ਤੇ ਮਾਸ਼ਾਅੱਲਾ ਦੇ ਕਮੈਂਟ ਜ਼ਰੂਰ ਕਰਨੇ ਨੇ। ਬਾਕੀ ਨੰਬਰ ਆਪਣਾ ਹਮੇਸ਼ਾ ਹੀ ਤਰ੍ਹਾਂ ਸਕਰੀਨ ਤੇ ਚੱਲਦਾ, 0348-0-64-84-61, ਇਹ ਜਨਾਬ ਆਪਣਾ ਵਟਸਐਪ ਨੰਬਰ, ਇਹ ਜਨਾਬ ਆਪਣਾ ਇਮੋ ਨੰਬਰ। ਚਾਚਾ ਲੈ ਜਾਣ ਬੱਚੇ ਸੀ ਜਾਣਦੇ, ਆਦੀ ਮਰਜ਼ੀ ਨੇ ਛੱਡ ਦੇ, ਨਹੀਂ ਛੇੜਦਾ। ਵੀਡੀਓ ਅੱਛੀ ਲੱਗੇ ਤੇ ਆਪਣੇ ਚੈਨਲ ਜਨਾਬ ਸ਼ੇਅਰ ਤੇ ਲਾਈਕ ਤੇ ਮੁਹੱਬਤਾਂ ਦੇ ਕਮੈਂਟ ਜ਼ਰੂਰ ਕਰਨੇ ਨੇ। ਮਿਲਾਂਗੇ ਜਨਾਬ ਇੱਕ ਅੱਛੀ ਤੇ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।